यार लक्का जो मरिया हो तो मतलब पैसे ज्यादा लग गए तो चढ़ के पैसे जर्म बनी दुआ लाए दोस्तों सत श्रीकाल तुहाडे नाल तस्वीर सांझिया कर रहे हैं पिंड छाजली तो एक परिवार के घर पहुँचे हुए हैं जो अति गरीब परिवार है। सो उस परिवार की एक बेटी है, उस परिवार की जो बेटी है वह तुर फिर नहीं सकती, किसी पास जा नहीं सकती क्योंकि वो शरीरक पक्षों प्रॉपर ठीक नहीं है। सो उस लड़की का इलाज करवाने के लिए परिवार के को पैसे भी नहीं है क्योंकि इकला परिवार का एक जी है जो कमाने वाला है। सो असी इसलिए तो तुहाडे नाल बेनती जरूर करांगे भी जो भी वीर सज्जन कोई उहदी मदद करना चाहुंदा किसी भी रूप च इलाज करवा सकदा कोई जां उहदी पैसिआं दे रूप दे विच मदद करना चाहुंदा सो जरूर इस परिवार दे नाल संपर्क करे। असी उहदा अकाउंट नंबर परिवार दा ते मोबाइल नंबर जरूर असी मैनशन करांगे नाल। सो उस ते तुसीं संपर्क सीधे परिवार दे नाल गल्लबात कर सकदे हो। और तुहानूं इक होर बेनती जरूर करांगे भी इस चलदी चलदी वीडियो नूं भी अगे जरूर शेयर करो तां कि इस परिवार दा किसी भी रूप के भला हो सके। ये तो एक शेयर के सिरते है, अगर तुम शेयर कर दो तो इस परिवार का किसी ना किसी तरीके उस योगदान थोड़ा जरूर होगा। और इस चलती चलती वीडियो जरूर शेयर करो, जुड़े रहो आई पी एन वर्ल्ड टीवी आप दिखाने और परिवार के नाल भी गलबात। अच्छा आप पिंड छाजली बैठे हाँ, एक परिवार है तुम तस्वीर देख रहे हो, परिवार एक बच्चा है कहा तुम देख लो भी ये काफ़ी समय तो दसिया जो आप परिवार ने गलबात भी करा भी मतलब आह देख लो तुसीं इहदी हालत है क्योंकि ना तो यह कहते बोल सकता है तकरीबन मतलब इहदी हालत इस तरह की है भी जा सारी प्रॉब्लम इन्हां नूं आ रही है और इलाज वगैरह नहीं करा सकते। सो पूरी आपां गलबात कर लैंदे आ भी इलाज क्यों नहीं करवाया जा रहा, की परिवार के हालात ने। सत श्री अकाल भाई, की है गल सारी मतलब की प्रॉब्लम आई है बच्चे नूं? इह जी पहले जो जन्म तो इवें आई इह। अच्छा किन्ने साल दा हो गया जी बच्चा? इह 9 सालां दी हो गई गुड़िया। हां गुड़ी है जी। हां ठीक है। ਕੀ ਮਤਲਬ ਇਸ ਤਰ੍ਹਾਂ ਦੀ ਪ੍ਰੋਬਲਮ ਕੀ ਕਿ ਡਾਕਟਰ ਨੂੰ ਦਿਖਾਉਂਦੀ ਕਦੇ ਗੱਲਬਾਤ ਹੋਈ ਕਦੇ ਕਿਸੇ ਡਾਕਟਰ ਨੂੰ ਲੈ ਕਰੀ ਕਿਸੇ ਡਾਕਟਰ ਨੂੰ? ਨਹੀਂ ਡਾਕਟਰ ਨੂੰ ਕਰਾਇਆ ਵੀ ਕਿਸੇ ਨੇ? ਨਹੀਂ ਜੀ, ਇੰਨੀ ਗਰੀਬੀ ਸੀ ਜੀ, ਨਹੀਂ ਜਾ ਪਈ ਜੀ। ਅੱਛਾ ਹਾਂ ਨਹੀਂ ਮਤਲਬ ਕਿਸੇ ਲੋਕਲ ਡਾਕਟਰ ਨੂੰ ਵੀ ਦਿਖਾਇਆ ਕਦੇ ਕਿਸੇ ਨੂੰ? ਨਹੀਂ ਐਵੇਂ ਪਹਿਲਾਂ ਤਾਂ ਬਗ ਜਾਂਦੇ ਸੀ ਜੀ ਲੈ ਕੇ ਜੀ, ਬਸ ਮੁੜ ਕੇ ਕਿਸੇ ਦੇ ਨਹੀਂ ਲੈ ਜਾਇਆ ਗਿਆ ਸੀ। ਸਤ ਨਹੀਂ ਆਇਆ ਨਹੀਂ ਗਿਆ ਕਿਸੇ? ਨਹੀਂ ਜੀ। ਠੀਕ ਹੈ। ਮਤਲਬ ਤੁਹਾਡਾ ਪਰਿਵਾਰ ਦੇਖ ਕੇ ਮਤਲਬ ਤੁਹਾਡਾ ਘਰ ਬਾਰ ਦੇਖ ਕੇ ਵੀ ਲੱਗ ਰਿਹਾ ਠੀਕ ਹੈ, ਮਤਲਬ ਇੰਨੀ ਤੁਸੀਂ ਜ਼ਿਆਦਾ ਗਰੀਬੀ ਨਹੀਂ ਦੇਖ ਕੇ ਲੱਗ ਰਹੇ, ਪਰ ਫਿਰ ਵੀ ਕਿਤੇ ਇਲਾਜ ਕਰਾਉਣ 'ਚ ਪ੍ਰੋਬਲਮ ਕਿਉਂ ਆਈ? ਬਸ ਜੀ ਕਮਾਉਣ ਵਾਲੇ, ਇਕੱਲਾ ਜੀ ਮੇਰੇ ਘਰ ਵਾਲਾ ਕਮਾਉਣ ਵਾਲਾ ਜੀ, ਮੈਂ ਇਹਨੂੰ ਰੱਖਦੀ ਹਾਂ ਜੀ। ਅੱਛਾ ਹਾਂ ਜੀ। ਦੂਜੇ ਬੱਚੇ ਇਹ ਮਤਲਬ ਠੀਕ ਠਾਕ ਨੇ? ਹਾਂ ਜੀ ਇਹ ਠੀਕ ਠਾਕ ਨੇ ਜੀ ਵਧੀਆ। ਅੱਛਾ। ਉਸ ਤੋਂ ਲੜਕੀ ਦੇ ਪਿਤਾ ਜੀ ਵੀ ਨਾਲ ਬੈਠੇ ਨੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ, ਇਹਨਾਂ ਤੋਂ ਜਾਣ ਲੈਂਦੇ ਹਾਂ ਵੀ ਇਹੋ ਜਿਹੀਆਂ ਕੀ ਸਮੱਸਿਆਵਾਂ ਆਈਆਂ, ਜਿਹੜਾ ਇਲਾਜ 'ਚ ਕਮੀ ਰਹੀ, ਇਹਦਾ ਇਲਾਜ ਨਹੀਂ ਕਰਵਾ ਸਕੇ, ਕੀ ਕਾਰਨ ਰਿਹਾ, ਇਹਨੂੰ ਪੁੱਛ ਲੈਣੇ ਆਪਾਂ। ਵੀਰ ਜੀ ਕੀ ਗੱਲਬਾਤ ਰਹੀ ਸਾਰੀ, ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਸ਼ੁਰੂ ਤੋਂ ਹੀ ਸੰਜੇ ਬਾਸਲ ਦੇ ਦਾਖਲ ਸੀ ਇਹ ਗੁੜੀਆ। ਅੱਛਾ ਜੀ। ਵੀ ਸੰਜੇ ਬਾਸਲ ਡੇਲੀ ਹੱਥੋਂ 5000 ਰੁਪਏ ਭਰਾਉਂਦਾ ਜੀ। ਠੀਕ ਹੈ। ਯਾਰ ਲੱਕਾ ਹੀ ਜਿਹੜਾ ਮਰਿਆ ਹੋਇਆ ਗਾ ਉਹ ਤੋਂ ਮਤਲਬ ਪੈਸੇ ਜ਼ਿਆਦਾ ਲੱਗ ਗਏ, ਉਦੋਂ ਉੱਤੇ ਚੜ੍ਹ ਗਏ ਪੈਸੇ ਜੀ, ਜਰਮ ਅਗਲੀ ਦੁਆ ਇਲਾਜ ਕਰਾਇਆ ਨਹੀਂ ਗਿਆ, ਦਿਖਾਇਆ ਵੀ ਡਾਕਟਰਾਂ ਨੂੰ, ਲਹਿਰੇ ਵੀ ਦਿਖਾਏ ਜੀ ਕਈ ਨੂੰ, ਉਹ ਕਹਿੰਦੇ ਦਿਮਾਗੀ ਪ੍ਰੋਬਲਮ ਆ ਵੀ ਦਿਮਾਗ ਨਾਲ ਆਪੇ ਹੌਲੀ ਹੌਲੀ ਸੈੱਟ ਆ ਜੂ ਇਹ। ਅੱਛਾ। ਪਰ ਸੈੱਟ ਨਹੀਂ ਹੋਈ ਇਹ ਵੀ। ਕਿਸੇ ਹੋਰ ਡਾਕਟਰ ਨੂੰ ਦਿਖਾਇਆ ਨਹੀਂ ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਸੁਨਾਮ ਦਿਖਾਉਣ ਤੋਂ ਬਿਨਾਂ ਜਾਂ ਲਹਿਰੇ ਦਿਖਾਉਣ ਤੋਂ ਬਿਨਾਂ ਕਿਸੇ ਹੋਰ ਚੰਗੇ ਡਾਕਟਰ ਨੂੰ ਦਿਖਾਉਣ ਦੀ ਗੱਲ ਦਿਖਾਇਆ ਜੀ, ਪਰ ਗਰੀਬੀ ਆ ਦੇ ਹੋਣ ਕਾਰਨ ਕਿਤੇ ਨਹੀਂ, ਪਹਿਲਾਂ ਮੇਰੀ ਮੰਮੀ ਆ ਹੋਤੀ ਉਹ ਹੀ ਗੁਜ਼ਰ ਗਈ। ਅੱਛਾ। ਕੀ ਕੰਮ ਕਰਦੇ ਹੋ ਤੁਸੀਂ? ਅਸੀਂ ਆਹੀ ਕਰਦੇ ਜੀ, ਬਸ ਲੇਬਰ ਦਾ ਕੰਮ ਕਰਦੇ ਜੀ। ਅੱਛਾ। ਪੱਲੇਦਾਰੀ ਦਾ ਜੀ। ਠੀਕ ਹੈ। ਖਰਦ ਦਾ ਖਰਚਾ ਚੱਲੀ ਜਾਂਦਾ ਜੀ। ਇਸ ਤਰ੍ਹਾਂ ਦੇ ਮਤਲਬ ਬੱਚੇ ਦੇ ਹਾਲਾਤ ਇਹ ਕਿੰਨੇ ਟਾਈਮ ਤੋਂ ਨਹੀਂ, ਮਤਲਬ ਕਿੰਨਾ ਸਮਾਂ ਹੋ, ਕਿੰਨੇ ਟਾਈਮ ਮਤਲਬ ਕਿੰਨੇ ਚਿਰ ਦਾ ਹੋ ਗਿਆ ਬੱਚਾ ਇਹ? 9 ਸਾਲ ਦੀ ਹੋ ਗਈ ਗੁੜੀਆ। 9 ਸਾਲ ਦੀ ਗੁੜੀਆ ਹੋ ਗਈ ਵੀ 9 ਸਾਲ ਤੋਂ ਤਕਰੀਬਨ ਇਸ ਤਰ੍ਹਾਂ ਹੀ ਹੈ? ਐਵੇਂ ਆ ਜੀ, ਇਹ ਮੰਜੇ 'ਤੇ ਬੈਠੀ ਰਹਿੰਦੀ ਜੀ, ਮੇਰਾ ਡੈਡੀ ਇਹਨੂੰ ਖਵਾਉਂਦਾ ਜੀ, ਉਹੀ ਚਾਹ ਪਾਣੀ ਪਿਆਉਂਦਾ ਜੀ, ਇਹਨੇ ਨਾ ਹੱਥ ਪੈਰ ਕੰਮ ਕਰਦੇ ਨਹੀਂ, ਬਸ ਇੱਕ ਹੱਥ ਕੰਮ ਕਰਦਾ ਜੀ। ਠੀਕ ਹੈ। ਨਾ ਬੋਲਦੀ ਹੈ, ਬਸ ਬੈਠੀ ਰਹਿੰਦੀ ਜੀ। ਠੀਕ ਹੈ। ਕੀ ਮਤਲਬ ਤੁਸੀਂ ਦਰਸ਼ਕਾਂ ਤੋਂ ਕੀ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਮਦਦ ਇਹਦੀ ਹੋਵੇ, ਤੁਸੀਂ ਮਤਲਬ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਮਤਲਬ ਪੈਸੇ ਲੈ ਕੇ ਇਲਾਜ ਆਪ ਕਰਵਾਓਗੇ, ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਦਰਸ਼ਕ? ਜੇ ਕੋਈ ਇਲਾਜ ਕਰਾ ਦੇ ਤਾਂ ਵੀ ਠੀਕ ਆ, ਨਹੀਂ ਅਸੀਂ ਕਰਾ ਲਾਂਗੇ ਜਿਵੇਂ ਮਦਦ ਕਰੂ ਜੀ, ਮੈਂ ਠੀਕ ਆ ਜੀ ਸਾਨੂੰ। ਠੀਕ ਹੈ। ਬਾਕੀ ਸਾਡੇ ਲਵੇ ਇੰਨੀ ਉਹ ਨਹੀਂ ਹੈਗੀ ਗੁੰਜਾਇਸ਼ ਜੀ ਵੀ ਅਸੀਂ ਆਪ ਕਰਾ ਲਈਏ ਇਲਾਜ। ਠੀਕ ਹੈ। ਉਹਦੇ ਕਾਰਨ ਜਿਵੇਂ ਕੋਈ ਕਰ ਦੂ ਸਾਡੀ ਹੈਲਪ, ਉਵੇਂ ਠੀਕ ਆ ਜੀ। ਠੀਕ ਹੈ। ਕਦੇ ਪੀ ਜੀ ਆਈ ਦਿਖਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾ ਕੇ ਪੀ ਜੀ ਆਈ ਕਦੇ? ਜੇ ਦਿਖਾਉਣੇ ਡਾਕਟਰਾਂ ਨੂੰ ਜੀ ਤਾਂ ਘਰ ਦਾ ਖਰਚਾ ਨਹੀਂ ਚੱਲਦਾ ਜੀ।
उत्ते बैठना पू उठना पू घरें भी देखना ही सारा कुछ घरें फिर भुखे मर जाएंगे। ठीक है, मतलब तुहाडा कहण दा मतलब यह है भी इस करके मतलब लालच कमी रहेगी कल्ले तुसीं कमाउण वाले हो। कल्ले ठीक है, मतलब होर तुसीं हुण किस तरह की मदद जिहड़ी है भी मतलब अज तक इहदी मिली है किसे वल्लों मदद? ना जी कोई भी नहीं, असीं हस्पतालां 'च भी जाके देख लई भी इहनूं कुछ मिल जूगा जी, तां भी नहीं कोई सुनवाई नहीं हुंदी उत्थे। कदे किसे संस्था नाल गलबात कीती भी जे कोई मदद वास्ते? ना जी, ऐ नहीं किसे नाल भी गलबात नहीं? ना जी। ठीक है, उन्हां नहीं करी कदे सिंह। ठीक है, सो होर भी आपां इत्थे आंढ गुआंढ नाल गलबात कर लैणी, उन्हां तों भी जाण लैणी आ की है होर परिवार दीआं मुश्किलां बारे सारा गलबात कर लैणी। गुड़िया दी दादी जी खड़े ने, आपां इन्हां तों भी जाण लैणे आ, इन्हां तों भी पूरी आपां इन्हां नाल गलबात कर लैणे आ। ਸਤਿ ਸ਼੍ਰੀ ਅਕਾਲ ਜੀ ਮਾਤਾ। ਸਤਿ ਸ਼੍ਰੀ ਅਕਾਲ। ਮਾਤਾ ਜੀ, ਕਿਵੇਂ ਮਤਲਬ ਇਸ ਤਰ੍ਹਾਂ ਬੱਚੀ ਦੇ ਹਾਲਾਤ, ਕੀ ਇਹੋ ਜਿਹੇ ਕਾਰਨ ਰਹੇ, ਕਿਉਂ ਇਸ ਤਰ੍ਹਾਂ ਦੇ ਹਾਲਾਤ ਹਜੇ ਤੱਕ ਹੋਏ, ਕਿਉਂ ਨਹੀਂ ਦਿਖਾ ਪਾਏ ਕਿਸੇ ਹਸਪਤਾਲ? ਕਾਰਨ ਤਾਂ ਦਿਖਾ ਤਾ ਗਰੀਬੀ ਜ਼ਿਆਦੇ ਤੀ, ਗਰੀਬੀ ਕਾਰਨ ਇਹ ਚੱਕੀ ਨਹੀਂ ਗਈ ਕਿਸੇ ਪਾਸੇ। ਇਹਦੀ ਦਾਦੀ ਜੀ ਜਿਹੜੀ ਦੂਜੀ ਸਮਝ ਹੈ ਮੇਰੀ ਭੈਣ, ਉਹ ਵਿਚਾਰੀ ਬਿਮਾਰ ਰਹਿੰਦੀ ਤੀ, ਚੱਕਣ ਕਿਹੜੇ ਤਰੀਕੇ ਨਾਲ? ਕੱਲਾ ਮੁੰਡਾ ਕਮਾਊਗਾ, ਦਸ ਜੀ ਖਾਣ ਵਾਲੇ ਨੇ, ਕਿੱਥੋਂ ਹੋਊ ਇਹ ਗੱਲਾਂ? ਇੱਕ ਤੁਸੀਂ ਹੋਰ ਦੱਸ ਰਹੇ ਸੀਗੇ ਵੀ ਰਾਸ਼ਨ ਕਾਰਡ ਦੀ ਕੋਈ ਗੱਲਬਾਤ ਦੱਸ ਰਹੇ ਸੀ ਵੀ ਰਾਸ਼ਨ ਕਾਰਡ ਬਾਰੇ? ਕਣਕ ਕੱਟੀ ਗਈ ਇਹਨਾਂ ਦੀ, ਰਾਸ਼ਨ ਕਾਰਡ ਕੱਟਿਆ ਗਿਆ ਇਹਨਾਂ ਦਾ, ਦੋ ਬੰਦਿਆਂ ਦਾ, ਤਿੰਨ ਦਾ ਇਹਨਾਂ ਦਾ ਰਾਸ਼ਨ ਕਾਰਡ ਹੈ, ਬਾਕੀ ਸਾਰਿਆਂ ਦਾ ਹੈ ਨਹੀਂ ਗਾ। ਠੀਕ ਹੈ, ਹਾਂ। ਅਤੇ ਹੋਰ ਜਿਹੜਾ ਮਤਲਬ ਇੱਕ ਸਰਕਾਰੀ ਹੋਸਪਿਟਲ ਦੇ ਵਿੱਚੋਂ ਕਾਰਡ ਬਣਦਾ ਹੁੰਦਾ ਹੈਗਾ, ਉਹ ਨਹੀਂ ਇਹਦਾ ਬਣਵਾਇਆ ਕਦੇ? ਉਹ ਵੀ ਨਹੀਂ ਹੈਗਾ ਜੀ ਇਹਨਾਂ ਕੋਲ, ਜਿਹੜਾ 5 ਲੱਖ ਵਾਲਾ ਕਾਰਡ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਬਣਾਇਆ ਨਹੀਂ ਹੈਗਾ ਜੀ, 5 ਲੱਖ ਬਣਿਆ ਨਹੀਂ ਜੀ। ਅੱਛਾ, ਉਹ ਤਾਂ ਕਹਿੰਦੇ ਨੇ ਪੈਸੇ ਦਿਓ ਫੇਰ ਕਰਾਂਗੇ, ਕਾਰਡ ਹੋਊਗਾ ਨਾ ਬਣੂਗਾ ਜੀ, ਉਹ ਵੀ ਪੈਸੇ ਮੰਗਦੇ ਨੇ ਤਾਂ ਕਹਿੰਦੇ ਨੇ ਕਰ ਦਾਂਗੇ, ਨਹੀਂ ਕਰਦੇ ਨਹੀਂ ਹੈਗੇ ਉਰੇ। ਠੀਕ ਹੈ, ਸਰਪੰਚ ਕਹਿੰਦਾ ਸਾਡੇ ਕੋਈ ਗਰੀਬੀ 'ਚ ਨਹੀਂ ਹੈਗਾ ਕੋਈ, ਵੀ ਜਿਹੜਾ ਕੋਈ ਹਜੇ ਕਾਰਡ, ਇਹ ਕਹਿੰਦੇ ਵੀ ਮੈਂ ਤੁਹਾਡੀ ਮਦਦ ਕਰਾ ਦੂੰਗੀ। ਕਿਹੜੀ ਕੁੜੀ ਜੀ? ਸਿਮਰਨ। ਅੱਛਾ ਸਿਮਰਨ, ਹਾਂ ਸਿਮਰਨ ਵੀ ਦੁਕਾਨ ਤੋਂ ਵਿਚਾਰੀ ਘਰੇ ਆਈ ਹੈਗੀ, ਪੁੱਛਣ ਦੇਖ ਕੇ ਬੱਚੇ ਦਾ ਹਾਲ ਚਾਲ, ਵੀ ਇਹ ਕਹਿੰਦੀ ਮੈਂ ਮਦਦ ਤੁਹਾਡੀ ਮੈਂ ਕਰੂੰਗੀ ਕਿਸੇ ਨੇ। ਮਦਦ ਮਤਲਬ ਕਿਵੇਂ ਕਹਿੰਦੇ ਨੇ, ਕਿਵੇਂ ਮਦਦ? ਇਲਾਜ ਬਾਰੇ ਵੀ ਕਹਿੰਦੇ ਵੀ ਜੇ ਜਿੰਨਾ ਵੀ ਮੇਥੋਂ ਹੋਇਆ ਵੀ ਮੈਂ ਸਾਰਾ ਕਰੂੰਗੀ। ਠੀਕ ਹੈ, ਹਾਂ ਸਿਮਰਨ ਜੀ ਵੀ ਖੜੇ ਆ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿਵੇਂ ਮਦਦ ਕਰੋਗੇ ਤੁਸੀਂ ਇਹਦੀ ਪਰਿਵਾਰ ਦੀ, ਉਹਦੇ ਬਾਰੇ ਸਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰੋ, ਦੱਸ ਕਰਨਾ ਜੀ ਸਰ। ਸਰ ਦੇਖੋ, ਮੈਂ ਨਾ ਮੇਰਾ ਇਹਨਾਂ ਦੇ ਮਤਲਬ ਗੁਆਂਢ ਦੇ ਵਿੱਚ ਹੀ ਸੈਲੂਨ ਖੋਲ੍ਹਿਆ ਹੋਇਆ ਮੇਰਾ। ਇਹ ਇੱਕ ਦਿਨ ਮੇਰੇ ਕੋਲ ਵੈਸੇ ਹੀ ਕੰਮ ਦੇ ਬੇਸ 'ਤੇ ਆਏ, ਅਤੇ ਇਹਨਾਂ ਨੇ ਵੈਸੇ ਹੀ ਗੱਲਾਂ 'ਚ ਇਹਨਾਂ ਦੀ ਘਰ ਦੀ ਗੱਲ ਛਿੜ ਪਈ, ਅਤੇ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਮੇਰਾ ਬੱਚਾ ਇੱਦਾਂ ਕਰਕੇ ਹੈਂਡੀਕੈਪਟ ਹੈ ਬਚਪਨ ਤੋਂ, ਹੈ ਨਾ, ਅਤੇ ਵੀ ਸਾਡੇ ਘਰ ਦੇ ਹਾਲਾਤ ਇੰਨੇ ਮਾੜੇ ਨੇ ਵੀ ਅਸੀਂ ਇਲਾਜ ਨਹੀਂ ਕਰਵਾ ਸਕਦੇ, ਅਤੇ ਮਤਲਬ ਸਾਡੇ ਪਿੰਡ 'ਚੋਂ ਕੋਈ ਵੀ ਉੱਠਿਆ ਨਹੀਂ ਇਹਨਾਂ ਦੀ ਹੈਲਪ ਲਈ, ਹੈ ਨਾ। ਪਰ ਉਸ ਦਿਨ ਦਾ ਸਰ ਮੈਨੂੰ ਮਤਲਬ ਇੱਕ ਝੋਰਾ ਜਿਹਾ ਖਾ ਰਿਹਾ ਸੀ ਕਿ ਕੋਈ ਵੀ ਇਹਨਾਂ ਦੀ ਹੈਲਪ ਲਈ ਕਿਉਂ ਨਹੀਂ ਆਇਆ, ਅਤੇ ਸਰ ਅੱਜ ਮੈਂ ਇਹਨਾਂ ਦੀ ਹੈਲਪ ਲਈ ਆਈ ਹਾਂ। ਦੇਖੋ, ਜਿੰਨੀ ਵੱਧ ਤੋਂ ਵੱਧ ਮੇਰੇ ਤੋਂ ਹੋ ਸਕੀ ਮੈਂ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰੂੰਗੀ। ਅਤੇ ਸਰ ਅੱਜ ਸਾਡੀ ਫੂਡ ਇੰਸਪੈਕਟਰ ਨਾਲ ਗੱਲ ਵੀ ਹੋਈ ਸੀ, ਅਤੇ ਪੈਨਸ਼ਨ ਬਾਰੇ, ਅਤੇ ਇਹਨਾਂ ਦਾ ਜਿਹੜਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟਿਆ ਗਿਆ, ਹੈ ਨਾ, ਅਤੇ ਜਾਂ ਇਹਨਾਂ ਦੀ ਫੈਮਿਲੀ ਦੇ ਵਿੱਚ ਕਾਫੀ ਮੈਂਬਰਾਂ ਦਾ ਨਾਮ ਨਹੀਂ ਹੈਗਾ, ਅਸੀਂ ਉਹਨਾਂ ਵਾਸਤੇ ਵੀ ਗੱਲ ਕੀਤੀ ਸੀ ਕਿ ਇਹਨਾਂ ਦਾ ਨਾਮ ਐਡ ਕਰਵਾਇਆ ਜਾਵੇ। ਅਤੇ ਸਰ ਬਾਕੀ ਜਿੰਨੀ ਮੇਰੀ ਵੱਧ ਤੋਂ ਵੱਧ ਹੈਲਪ ਹੋ ਸਕੀ ਮੈਂ ਇਹਨਾਂ ਦੀ ਕਰੂੰਗੀ। ਸੋ ਦੋਸਤੋ, ਆਪਾਂ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਆਪਾਂ ਉਹਨਾਂ ਨੇ ਆਪਾਂ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸੀਆਂ। ਪਿੰਡ ਛਾਜਲੀ ਦੇ ਮੈਂ ਸਹਿਯੋਗੀਆਂ ਨੂੰ ਵੀ ਦੱਸਣਾ ਚਾਹੁੰਦਾ ਇਹ ਗੱਲਬਾਤ ਵੀ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ, ਜਿੰਨੀ ਕੁ ਸਹਿਯੋਗ ਬਣਦਾ ਤੁਸੀਂ ਜ਼ਰੂਰ ਪਾਓ। ਔਰ ਜਿਹੜਾ ਕੋਈ ਵੀਰ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈਗਾ, ਅਸੀਂ ਇਹਨਾਂ ਦਾ ਅਕਾਊਂਟ ਨੰਬਰ ਨਾਲ ਮੈਂਸ਼ਨ ਕਰ ਦਾਂਗੇ, ਇਹਨਾਂ ਮੋਬਾਈਲ ਨੰਬਰ ਵੀ ਨਾਲ ਮੈਂਸ਼ਨ ਕਰ ਦਾਂਗੇ, ਔਰ ਤੁਸੀਂ ਉਹ ਨੰਬਰ 'ਤੇ ਗੱਲਬਾਤ ਕਰਕੇ ਇਸ ਪਰਿਵਾਰ ਦੀ ਹੈਲਪ ਕਰ ਸਕਦੇ ਹੋ। ਮਿੱਤਰੋ, ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਔਰ ਸਾਡੇ ਚੈਨਲ ਨੂੰ ਫੇਸਬੁੱਕ ਨੂੰ ਜ਼ਰੂਰ ਫੋਲੋ ਕਰ ਲਿਓ, ਔਰ ਸਾਡੀ ਯੂਟਿਊਬ ਨੂੰ ਵੀ ਸਬਸਕ੍ਰਾਈਬ ਕਰ ਲਿਓ। ਸਤਿ ਸ਼੍ਰੀ ਅਕਾਲ।